ਤਾਂ ਦੱਸਦੇ ਕਿ ਮੂਸੇਵਾਲਾ ਦੇ ਪਿਤਾ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਮਿਲਣ, ਜੋ ਕਿ ਕਾਂਗਰਸ ਦੇ ਬਠਿੰਡਾ ਦੀ ਸੀਟ ਤੋਂ ਉਮੀਦਵਾਰ ਨੇ। ਤਾਂ ਇਸ ਸੰਬੰਧੀ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਨੂੰ ਇੱਕ ਚਿੱਠੀ ਸੌਂਪੀ ਹੈ। ਤਾਂ ਚਿੱਠੀ ਦੇ ਵਿੱਚ ਕੀ ਹੈ ਤੁਹਾਨੂੰ ਦੱਸਦਿਆਂ, ਤਾਂ ਇਸ ਦੇ ਵਿੱਚ ਮੁੱਦੇ ਜੋ ਨੇ ਉਸ ਦੇ ਵਿੱਚ ਮੂਸੇਵਾਲਾ ਦੀ ਸੁਰੱਖਿਆ ਕਿਸ ਦੇ ਹੁਕਮਾਂ 'ਤੇ ਘਟਾਈ ਗਈ ਸੀ, ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ ਸੀ, 3 ਮਹੀਨੇ ਬਾਅਦ ਵੀ ਚਾਰਜ ਫਰੇਮ ਨਹੀਂ ਹੋਏ, ਸਰਕਾਰ ਸੰਜੀਦਾ ਕਿਉਂ ਨਹੀਂ, ਅੱਤਵਾਦੀ ਐਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਗਿਆ, SIT ਨੇ ਸਾਡੇ ਵੱਲੋਂ ਦਿੱਤੀ ਸ਼ੱਕੀਨਾਮਾ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ, ਜੇਲ੍ਹਾਂ 'ਚ ਬੰਦ ਦੋਸ਼ੀਆਂ ਨੂੰ ਮੋਬਾਈਲ ਕੌਣ ਮੁਹੱਈਆ ਕਰਵਾ ਰਿਹਾ ਹੈ, ਕਿਸ ਦੇ ਹੁਕਮਾਂ 'ਤੇ ਲਾਰੈਂਸ ਦੀਆਂ ਜੇਲ੍ਹਾਂ 'ਚੋਂ ਇੰਟਰਵਿਊ ਹੋਈਆਂ, ਗੈਂਗਸਟਰਵਾਦ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਮੰਗ। ਤਾਂ ਇਹ 9 ਮੁੱਦੇ ਨੇ ਜਿਹੜੇ ਕਿ ਬਲਕੌਰ ਸਿੰਘ ਦੇ ਵੱਲੋਂ ਚੁੱਕੇ ਗਏ ਨੇ। ਤਾਂ ਇਹਨਾਂ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਮਿਲੇ, ਜੋ ਕਿ ਕਾਂਗਰਸ ਦੇ ਲੋਕ ਸਭਾ ਸੀਟ ਬਠਿੰਡਾ ਤੋਂ ਉਮੀਦਵਾਰ ਨੇ। ਤਾਂ ਇਸ ਸੰਬੰਧੀ ਬਲਕੌਰ ਸਿੰਘ ਦੇ ਵੱਲੋਂ ਇਹਨਾਂ ਨੂੰ ਚਿੱਠੀ ਸੌਂਪੀ ਗਈ ਹੈ, ਜਿਸ ਦੇ ਵਿੱਚ 9 ਮੁੱਦੇ ਚੁੱਕੇ ਗਏ ਨੇ। ਤਾਂ ਮੂਸੇਵਾਲਾ ਦੀ ਸੁਰੱਖਿਆ 'ਤੇ ਉਹਨਾਂ ਨੇ ਪੁੱਛਿਆ ਕਿ ਕਿਸ ਦੇ ਹੁਕਮਾਂ 'ਤੇ ਘਟਾਈ ਗਈ ਸੀ, ਤਾਂ ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ ਸੀ, 3 ਮਹੀਨਿਆਂ ਬਾਅਦ ਵੀ ਚਾਰਜ ਫਰੇਮ ਕਿਉਂ ਨਹੀਂ ਹੋਏ, ਸਰਕਾਰ ਸੰਜੀਦਾ ਕਿਉਂ ਨਹੀਂ, ਅੱਤਵਾਦੀ ਐਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਿਉਂ ਕੀਤਾ ਗਿਆ, SIT ਨੇ ਸਾਡੇ ਵੱਲੋਂ ਦਿੱਤੇ ਸ਼ੱਕੀਨਾਮਾ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ, ਜੇਲ੍ਹ 'ਚ ਬੰਦ ਦੋਸ਼ੀਆਂ ਨੂੰ ਮੋਬਾਈਲ ਕੌਣ ਮੁਹੱਈਆ ਕਰਵਾ ਰਿਹਾ ਹੈ, ਕਿਸ ਦੇ ਹੁਕਮਾਂ 'ਤੇ ਲਾਰੈਂਸ ਦੀਆਂ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋਈਆਂ, ਗੈਂਗਸਟਰਵਾਦ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਮੰਗ। ਤਾਂ ਇਹ ਮੁੱਦੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਚੁੱਕੇ ਗਏ ਨੇ।